ਕੱਲ ਦੋਸਤੋ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜੀ, ਜਿੱਥੇ ਇੱਕ 150 ਦੀ ਸਪੀਡ ਤੇ ਸਵਿਫਟ ਕਾਰ 200 ਫੁੱਟ ਜਾ ਕੇ ਦੂਰ ਕਣਕ ਦੇ ਵਿੱਚ ਜਾ ਕੇ ਡਿੱਗੀ ਹੈ ਜੀ। ਤੇ ਗੱਡੀ ਭਿਆਣ ਤੋਂ ਪਹਿਲਾਂ ਹਮੇਸ਼ਾ ਆਪਣੇ ਤੇ ਆਪਣੇ ਪਰਿਵਾਰ ਬਾਰੇ ਵੀਰੇ ਜ਼ਰੂਰ ਸੋਚ ਲਿਆ ਕਰੋ, ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਹੈ ਤੇ ਸਵਿਫਟ ਗੱਡੀ ਤੋਂ ਪਰਹੇਜ਼ ਹੀ ਰੱਖਿਆ ਕਰੋ।